वाहिगुरु जी का खालसा, वाहिगुरु जी की फतेह। मैं इधर किचन च कर रही सी जी, दीदी इधर कमरे दे विच हाल दे विच देखो, मतलब स्टोर रूम में बनया पे अपना हाल, फोटो साफ करन लग गए। ਮੋਟਾ ਮੋਟਾ ਜਿਹਾ ਕਰਦੇ ਆ ਚੱਲ ਆਈਏ। ਪਰ ਇੱਕ ਗੱਲ ਹੈ, ਮਨ ਬੜਾ ਦੁਖੀ ਹੋ ਰਿਹਾ, ਬੜਾ ਉਦਾਸ ਵੀ। ਦੇਖ ਲਿਓ ਅੱਜ ਮੁੰਡੇ ਭੂਆ ਜੀ ਕਿੰਨਾ ਚਾਅ ਚੜਦਾ, ਨਾਲ ਆਉਂਦੇ, ਖੁਸ਼ੀ ਖੁਸ਼ੀ ਐ ਫਿਰਦੇ, ਘਾਟ ਮਹਿਸੂਸ ਦਿੰਦੀ ਹੈ ਦੇਖੋ, ਹਨਾ। ਵੀ ਚਾਅ ਜਾ ਨੀ ਉਵੇਂ ਚੜਿਆ ਹੈ, ਆਏ ਤਾਂ ਹੈ ਆਪਾਂ ਖੁਸ਼ੀ ਵੀ ਘਰ ਚ, ਚਲੋ ਚੱਲਦੇ ਆਪਾਂ ਮਿਲ ਜੁਲ ਕੇ, ਚੱਲ ਮੋਟਾ ਮੋਟਾ ਜਿੰਨਾ ਕੁ ਹੋਊਗਾ ਆਪਾਂ ਕਰ ਦਾਂਗੇ। ਰਹਿੰਦਿਆਂ ਦੇ ਘਰ ਆਏ, ਆ ਦੇਖੋ ਕਿੰਨੀ ਮਿੱਟੀ, ਬਹੁਤ ਜ਼ਿਆਦਾ ਫਿਰ ਨੇੜੇ ਵੀ ਨਹੀਂ ਹੈਗਾ ਨਾ, ਤਾਂ ਕਰਕੇ ਔਖਾ ਹੋ ਗਿਆ। ਤੇ ਨੇੜੇ ਹੋਵੇ ਚੱਲ ਹਫ਼ਤੇ ਬਾਅਦ ਗੇੜਾ ਅਗਲਾ ਲੱਗ ਗੇੜਾ ਜਾਂਦਾ ਮਾਰ ਹੈ। ਜਾਂਦਾ, 75 ਹੋਰ ਕਿਲੋਮੀਟਰ ਪੈ ਜਾਂਦਾ ਹੈ। ਹੋਰ ਨਾਲੇ ਬੰਦਿਆਂ ਦੀ ਘਾਟ ਹੋ ਗਈ ਤੇ ਇਕੱਲੇ ਤੇ ਇਕੱਲੇ ਨੂੰ ਆ ਉੱਥੇ ਵੀ ਨਿਬੜਦਾ ਹਨਾ। ਇਹਦੀ ਜਾਗੋ ਪਈ ਹੈ ਹਨਾ, ਦੇਖ ਲੈ ਦੇਖ ਉਦੋਂ ਦਾ ਸਾਰੀ ਵਿਆਹ ਦੀ ਆ ਮੇਰੇ ਦੀ, ਦੇਖ ਲੈਣੇ ਚਿਰਦੀ ਕਿੰਨੇ ਮੰਜੇ ਮੁੰਜੇ ਦਾ ਕਿੰਨਾ ਕੁਛ ਕਰਦਾ ਬੰਦਾ ਹਨਾ, ਐ ਪਤਾ ਨਹੀਂ ਹਨਾ ਕਿੰਨੇ ਦਿਨ ਦੀ, ਕਿਸੇ ਨੂੰ ਵੀ ਨੀ ਪਤਾ ਹੈਗਾ ਵੀ ਕਿੰਨੇ ਕੁ ਦਿਨ ਦੀ ਜ਼ਿੰਦਗਾਨੀ ਹੈ। ਦੇਖ ਲੈ ਸਟੀਲ ਦੀ ਹੈ, ਉੱਤੇ ਡੈਕੋਰੇਸ਼ਨ ਕੀਤੀ ਹੋਈ ਹੈ, ਇਹਦੇ ਗਰਦ ਕਰਕੇ ਉਹ ਪਈ ਪਈ ਹੈ। ਇਹਦੇ ਵਿੱਚ ਕੁਝ ਵੀ ਪਾ ਕੇ ਰੱਖ ਲਓ ਕਵਰ ਕਰਕੇ, ਆ ਦੇਖ ਇਹਦਾ। ਚਲੋ ਆਪਾਂ ਮੋਟਾ ਮੋਟਾ ਕਰਦੇ, ਕਿਸੇ ਦਿਨ 5-4 ਦਿਨ ਆਵੇ ਨਾ, ਫਿਰ ਕੱਲੀ ਕੱਲੀ ਚੀਜ਼ ਸਾਫ਼ ਹੋ ਗਿਆ ਦੇਖੋ ਕਿੰਨੀ ਆ ਜਾਗੋ ਤੇ ਵੀ ਕਿੰਨੀ ਉਹ ਹੋਇਆ ਹੋਇਆ ਕਰਦਾ ਪਈ। ਕਿੰਨਾ ਇਹ ਕਲਰ ਸੀਗਾ ਉੱਪਰੋਂ, ਇਹਦਾ ਕਲਰ ਕਿਹੋ ਜਿਹਾ ਹੋ ਗਿਆ ਨਾ ਪਈ ਪਈ ਦਾ, ਇਹ ਦੇਖੋ ਇਹ ਕਲਰ ਸੀਗਾ। ਹਾਂ ਇਹ ਕਿੰਨਾ ਫੈਟ ਹੋ ਗਿਆ, ਦੇਖ ਅੱਜ ਤੋਂ ਉਹਨਾਂ ਚਿਰ ਪਹਿਲਾਂ ਵੀ ਇਹਦਾ ਰਿਵਾਜ ਤੀ ਦੇਖ ਲੈ, ਇਹ ਨਾ ਭਰ ਕੇ ਦਿੰਦੇ ਹੁੰਦੇ ਜਿਵੇਂ ਆਪਾਂ ਪੀਪਾ ਭਰ ਕੇ ਦਿੰਦੇ ਆ, ਉਹ ਕੁਛ ਆਪਣਾ ਜਿਵੇਂ ਆਪਾਂ ਕਹਿੰਦੇ ਸੱਸ ਦੀ ਦੇਣ ਚ ਸੱਸ ਦੀ ਹੈ ਨਾ ਚੱਕਰੀ, ਉਹ ਉਹਦੀ ਚੱਕਰੀ ਦੀ ਜਗ੍ਹਾ ਤੇ ਹੈ, ਵਾਸਤੇ ਚੱਕਰੀ ਹੈ ਸਮਝ। ਉੱਪਰ ਦੇਖ ਦੇਖ ਯਾਦਾਂ ਰਹਿ ਜਾਂਦੀਆਂ ਨੇ ਹਨਾ, ਯਾਦਾਂ ਨੇ ਕਿੰਨੀ ਸੋਹਣੀ ਬੜੀ ਬਣਾਈ ਦੇ। ਹਾਂ ਰੱਖਦੇ ਆ ਨਾ ਸਾਫ ਕਰਕੇ ਉੱਥੇ, ਹਾਂ ਇਹ ਤਾਂ ਨਾ ਵਿੱਚ ਗਰਦ ਗਰਦ ਉਹ ਵਿੱਚ ਜੰਮ ਗਈ। ਹਾਂ ਵਿੱਚੋਂ ਤਾਂ ਚਾਹੇ ਸਟੀਲ ਦੀ ਆ, ਪਾਣੀ ਪਾ ਕੇ ਧੋ ਕੇ ਜਿਤੇ ਮਰਜ਼ੀ ਵਰਤੋ। ਸਾਰੇ ਮੋਟੀ ਮੋਟੀ ਕਿੰਨੀ ਗਰਦ ਹੋਈ ਪਈ ਹੈ, ਫਿਰ ਵੀ ਹਵਾ ਨਾਲ ਬਾਹਰ ਆਈ ਚੱਕ ਦੋ ਬਸ, ਕਿਉਂਕਿ ਨਾ ਇਹ ਆ ਖੇਤਾਂ ਦੇ ਵਿੱਚ ਜਿਵੇਂ ਘਰ ਹੁੰਦੇ ਨੇ, ਸੜਕ ਤੋਂ ਗਰਦ ਬਹੁਤ ਪੈਂਦੀ ਹੈ, ਆਪਣੇ ਚੰਗੇ ਭਲੇ ਰਹਿਣੇ ਵਾਸਤੇ ਘਰਾਂ ਚ ਪੈ ਜਾਂਦੀ ਹੈ। ਹੋਰ ਹੁਣ ਚਾਦਰੇ ਬਦਲਣਾ, ਚਾਦਰ ਤੇ ਹੀ ਬਹਿ ਜਾਣ, ਹੋਰ ਬਾਹਲਾ ਨੀ ਆਪਾਂ ਉਹ ਕਰਦੇ, ਲੋਕ ਫਿਰ ਆਰਾਮ ਨਾਲ ਕਰਾਂਗੇ ਨਾ। ਹਾਂ ਜਿੱਧਰ ਮਰਜ਼ੀ ਦੇਖ ਲਓ, ਉੱਧਰੋਂ ਨਿਕਲੂਗੀ ਚਾਦਰ, ਇੱਧਰ ਤਾਂ ਸਰਾਣੇ ਆ ਕਹਿ ਸਿੰਗਲ ਹੀ ਕਰ ਲਓ, ਇੱਕ ਪਾਸੇ ਬੈਠ ਜਾ ਕੇ ਤਾਂ ਛੋਟੀ ਹੋ ਜਾਣਾ ਤਾਂ ਨਾ, ਇਹਦਾ ਇਹ ਹੀ ਹੈ, ਆਓ ਹੋਰ ਦੂਜੇ ਦੀ ਦਵਾਨ ਦੀ ਨਾ ਦੂਜੀ ਕੱਢੀਏ, ਦੂਜੀ ਕੱਢੀ ਇੱਧਰ ਦੇਖੋ ਇੱਧਰ ਨੂੰ ਦੇਖੀ ਅੱਖੀਆਂ, ਆ ਦੇਖ ਇਹ ਦੇਖ ਕਿੰਨਾ ਸੋਹਣਾ ਹੋ ਗਿਆ ਚੁੱਚੇ, ਇਹ ਉਹ ਜਿਵੇਂ ਆਪਾਂ ਨੀ ਦਾਜ ਦਿੰਦੇ ਹੁੰਦੇ ਉਹ ਸਾਰਾ ਸਮਾਨ, ਉਹ ਹੋ ਗਿਆ ਕਿੰਨਾ ਸੋਹਣਾ, ਚਾਦਰ ਤਾਂ ਫੇਰ ਵਿਛਾਵਾਂਗੇ ਇਹਨਾਂ ਚੀਜ਼ਾਂ, ਇਹ ਚਾਦਰ ਆ ਲੱਗ ਜੇ ਮੈਂ ਡਬਲ ਲਿਆ ਕੇ। ਹਾਂ ਹਾਂ ਇਹ ਹੈ ਡਬਲ, ਆ ਤਾਂ ਸਾਰੀ ਡਬਲ ਨੇ, ਆ ਵੀ ਡਬਲ ਹੈ, ਆ ਵੀ ਡਬਲ ਹੈ, ਬਸ ਇੱਕੋ ਹੀ ਛੱਡ, ਇਹ ਗਾੜੀ ਜਿਹਾ ਛੱਡ ਲਿਆ। ਠੀਕ ਹੈ ਗਏ ਮਾਮਾ ਜੀ, ਗਏ ਮਾਮਾ ਤਿਆਰ ਲੱਗਿਆ ਹੁਣ, ਉਹ ਤਾਂ ਆ ਗਿਆ ਉਹਦਾ ਫੋਨ। ਅੱਛਾ ਅੱਛਾ ਚਾਦਰ ਛਾਤੀ ਬੈਠੇ ਜਾਊਗਾ ਜੀ ਉਧਰੋਂ, ਹਾਂ ਬਸ ਕਹਿੰਦੇ ਹੁੰਦੇ ਜਿਵੇਂ ਰਹਿੰਦੇ ਆ ਦੇ ਘਰ ਹੈ ਨਾ। ਹਾਂ ਵੀ ਕੋ ਸਾਫ ਨਹੀਂ, ਚਾਦਰ ਛਾਪੇ ਤਾਂ ਸਾਫ ਸਫਾਈ ਦਾ ਹੁੰਦਾ, ਜੇ ਪਾਣੀ ਪੂਣੀ ਲੋੜ ਹੋਵੇ ਇੱਧਰ ਤੇ ਮੰਗਾ ਲਿਓ। ਹਾਂ ਹਾਂ ਹੈਗਾ ਨਾ, ਬੋਤਲ ਛਾਂ ਫੜਾ ਦੀ ਮਾਮੀ, ਅੱਛਾ ਚਾਹ ਲੈ ਆਏ ਤੇ ਨਾਲੇ ਥਰਮੋਸ ਚ ਥੋੜੀ ਪਈ ਆ, ਤੁਹਾਨੂੰ ਪਾ ਕੇ ਦਿੰਦੇ ਆ, ਕੋਈ ਥੋੜਾ ਜਿਹਾ ਆਰਾਮ ਕਰਦੇ ਆ ਜੀ, ਕਿਉਂਕਿ ਘਰ ਰਹਿੰਦੇ ਬੰਦ ਘਰ ਸਲਾਬੀ ਜੀ ਹੁੰਦੀ ਹੈ, ਉਹ ਸਲਾਬੀ ਜੀ ਦੀ ਮਤਲਬ ਹਮਕ ਜੀ ਚੜ ਜਾਂਦੀ ਹੈ ਇੱਕਦਮ, ਖੋਲਿਆ ਕਿੰਨੇ ਚਿਰਾਂ ਬਾਅਦ,
मोटी मोटी जी कीती है सफाई जी, हुण थक गए थोड़ा जिहा आराम ले लईए। हाँ देखो किन्नी सोहणी पक्की हवा दऊगी, गर्मी लग रही है बैठे नूं, किन्नी सोहणी कढ़ी हुई है देखो ना। देख ले मेरी है, ये मेरे दाद दी है, दाद दी देख लो कहने में पक्की घुंगरुआ वाली है, झालर वाली आ, झालर लगी आर कंडी दी है, झालर सलीन दी है ये पक्की है ना, पिछली हिंदी है सलीन दी पक्की है, उत्ते आर कंडी झालर लगी ताई कैड़ी कैड़ी जी मुड़ गई है ना। हाँ ये तो सोनी लग रही है, पहले जब आने से प्रॉब्लम है पक्की दंदे थे चलने वास्ते, ऊंचू 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 कर रही है। हाँ लग भी सोनी रही है ते हवा भी दे रही है ते कितनी चल दे भी बढ़िया लग रही है। ਉਹੀ ਹੈ ਦੇਖ ਦਾਜ ਦੀਆਂ ਚੀਜ਼ਾਂ ਪੂਰੀਆਂ ਕਿੰਨੀਆਂ, ਪਹਿਲਾਂ ਤਾਂ ਬਹੁਤ ਜ਼ਿਆਦਾ ਆਪਣਾ ਕੋਈ ਕੱਢ ਕਢਾਈ ਕੋਈ ਬੁਣਾਈ ਪੱਕੀਆਂ ਮਾਤਾਵਾਂ ਤੰਗ ਕਰੀ ਜਾਂਦੇ, ਸਿੱਖ ਲਓ ਕੁਛ ਅੱਗੇ ਤੁਹਾਨੂੰ ਕੀ ਕਹੂਗਾ, ਕੁਛ ਨਹੀਂ ਆਉਂਦਾ ਕੁੜੀ ਨੂੰ, ਹੁਣ ਅੱਜ ਕੱਲ੍ਹ ਦੀ ਚਲੋ ਪੜ੍ਹਾਈ ਕਰਦੀਆਂ ਹਨਾ, ਅੱਜ ਕੱਲ੍ਹ ਤਾਂ ਕੋਈ ਨਹੀਂ ਪੜਾਉਂਦਾ ਇਹ ਮੁੱਲ ਸਾਰਾ ਕੁਛ ਮਿਲਦਾ, ਪਰ ਲੈਦੀਆਂ ਵੀ ਨਹੀਂ ਹੈਗਾ ਪੈਸਾ, ਉਹੀ ਪੈਸਾ ਕੰਮ ਆ ਜਾਂਦਾ, ਪੈਸਾ ਪੂਸਾ ਦੇ ਦਿੰਦੇ ਹਨਾ। ਨਹੀਂ ਫਿਰ ਦਿੰਦਾ ਹੀ ਤੇ ਐਵੇਂ ਸਾਹਿਬ, ਹਾਂ ਇਹ ਰਿਵਾਜ ਆਪਾਂ ਨੂੰ ਖੁਦ ਨਹੀਂ ਪਤਾ ਆਪਣੀ ਪੇਟ ਗੁਰਦੁਆਰੇ ਕਲਚਰ ਚੰਗਾ ਲੱਗਦਾ ਆਪਾਂ ਦੇਖਣ ਨੂੰ, ਹਾਂ ਜੇ ਲੱਭਦਾ ਨਹੀਂ ਆਪਾਂ ਟੋਲਦੇ ਫਿਰਦੇ ਹਾਂ ਨਾ, ਹੁਣ ਸਾਰੇ ਕਿਤੇ ਹੋਟਲਾਂ 'ਚ ਅੱਛਾ ਕੋਈ ਵਿਆਹ ਹੁੰਦਾ ਉਹਦੇ ਮੂਹਰੇ ਦੇਖਿਆ ਸਾਰਾ ਕੁਛ ਲਾਇਆ ਹੁੰਦਾ, ਪੁਰਾਣਾ ਸੱਭਿਆਚਾਰ ਸੱਭਿਆਚਾਰਕ ਪ੍ਰੋਗਰਾਮ ਸਾਰੇ, ਹਵਾ ਵੀ ਆ ਰਹੀ ਕਿੰਨੀ ਸੋਹਣੀ ਦੱਸੋ ਕੰਮ। ਹਾਂ ਦੋ ਹੋ ਗਿਆ ਨਾ ਦੇਖੋ ਕਿੰਨੀ ਸੋਹਣੀ ਚੱਲਦੀ ਦਿਸ ਰਹੀ ਹੈ ਹਵਾ, ਇੱਧਰ ਮੈਂ ਤੈਨੂੰ ਦੱਸਿਆ ਨਾ ਵੀ ਚਾਰ ਛਪੇਰੇ ਹਾਲ ਨੂੰ ਮੋਰੀਆਂ ਲੱਗੀਆਂ ਹੋਈਆਂ ਨੇ, ਇੱਧਰ ਦੇਖੋ ਆਪਣਾ ਅੰਬ ਦਿਸਦਾ ਹੈ ਨਾ, ਤੇ ਉਧਰੋਂ ਮਾਮੀ ਜਿਹੜਾ ਦਾ ਘਰ ਦਿਸਦਾ ਹੈ ਨਾ, ਪਿੱਛੇ ਦੋ ਮੋਰੀਆਂ, ਇੱਧਰ ਆਪਣਾ ਇੱਧਰ ਕਾ ਉਹ ਹੋ ਗਿਆ, ਕਿਹੜੀ ਖੋਲੀ ਇੱਧਰ ਨੂੰ ਜਾ ਰਹੀ ਹੈ, ਹੈ ਪੱਟੀ ਵਾਲੀ ਖੋਲੀ ਹੋਈ ਆ ਦੇ ਕਿੰਨੀ ਮਾਮਾ, ਹਾਂ ਹਾਂ ਚਾਰੇ ਪਾਸੇ, ਹਾਂ ਉਹੀ ਤਾਂ ਗੱਲ ਕਰਦੇ ਹਾਂ, ਇੱਥੇ ਬਿਨ ਪੱਖੇ ਜਿਵੇਂ ਮਰਜ਼ੀ ਪਿਆ ਰਹੋ ਹਵਾ, ਹਾਂ ਹਾਂ ਲੱਗਦੀ ਹੈ ਨਾ, ਇੱਧਰ ਤਾਂ ਹੀ ਤਾਂ ਜਾਲੀਆਂ ਫਿਕਸ ਨੇ, ਨਾ ਖੋਲੋ ਨਾ ਬੰਦ ਕਰੋ, ਦੂਜਾ ਦਰਾਹ ਲਾ ਦਿਓ, ਨਾਲੇ ਪੁਰਾਣੇ ਡਿਜ਼ਾਈਨ ਦੀ ਹੋ ਗਏ ਤਾਂ ਤਾਂ ਵੀ ਪਹਿਲਾਂ ਤਾਂ ਇੰਨੀਆਂ ਹੀ ਹੁੰਦੀਆਂ ਰਹੀਆਂ। ਚਲੋ ਠੀਕ ਹੈ ਜੀ, ਉਹ ਤਾਂ ਮਤਲਬ ਬਹੁਤੀ ਸਫਾਈ ਤਾਂ ਇਹ ਰਹਿ ਕੇ ਹੋਊਗੀ ਜੀ, ਕੱਪੜੇ ਕੁਪੜੇ ਚੇਂਜ ਕਰਕੇ ਤਾਂ ਮੋਟੀ ਮੋਟੀ ਜਿੰਨੀ ਵੀ ਸਾਡੇ ਕੋਲੋਂ ਹੋ ਰਹੀ ਹੈ ਜੀ ਉਹ ਕਰਾਂਗੇ, ਅਤੇ ਫਿਰ ਦੇਖਾਂਗੇ ਕਿਸੇ ਦਿਨ ਫਿਰ ਆਵਾਂਗੇ ਹੈ ਨਾ। ਹਾਂ ਜਿਵੇਂ ਨਾਨੀ ਜੀ ਹੁੰਦੇ ਨਾ ਇੱਥੋਂ ਲੈ ਕੇ ਇੱਥੇ ਤੱਕ ਇੰਨਾ ਕੋਈ ਘਾਹ ਨਹੀਂ ਦਿੱਤਾ, ਕੁੜੀ ਲੈ ਕੇ ਨਾ ਉਹ ਤਾਂ ਪੱਟ ਕੇ ਉਹ ਤਾਂ ਰੱਖਦਾ ਇੰਨਾ ਕੁ, ਤਾਂ ਜਿੰਨੇ ਜਿੰਨੇ ਜਣਿਆਂ ਨੇ ਹੋਣਾ ਸਾਰਿਆਂ ਨੇ ਇੱਥੇ ਹੀ ਬੈਠਣਾ, ਦੇਖ ਹੁਣ ਸਮਝ ਕਿੰਨਾ ਵਧੀਆ ਲੱਗ ਰਿਹਾ ਇੱਥੇ ਝੁੱਟਣ ਵਾਸਤੇ, ਹਾਂ ਪਾਥੀਆਂ ਬੱਚੀਆਂ ਹੋਈਆਂ ਹਨਾ, ਇਹ ਫਿਰ ਜਿਵੇਂ ਪਿੱਛੇ ਮਾਮੀ ਜੀ ਦੇ, ਅੱਛਾ ਹੁਣ ਬਾਤਰ ਤਾਂ ਸਾਰੇ ਮਾਮੀ ਜੀ ਉਹ ਕਰ ਲੈਂਦੇ ਨੇ ਵੀ ਕੋਈ ਤੂੜੀ ਰੱਖ ਲਈ ਕਿਸੇ ਨੇ ਪਾਥੀਆਂ ਪਾਥੀ ਦੇ ਕਹੇ ਨਹੀਂ ਵੀ ਉਹ ਹੁਣ ਕਹਿ ਦਾਂ ਵੀ ਅੰਦਰ ਲਾ ਲੈਣਗੇ ਅੰਦਰ ਵੀ ਜਗ੍ਹਾ ਰੱਖੀ ਹੋਈ ਹੈ ਨਾ, ਇਹ ਤਾਂ ਬੱਚਾ ਆ ਉਹਨੂੰ ਲੈ ਕੇ ਨਾ ਇੱਥੇ ਕੋਈ ਪੁਦੀਨਾ ਕੋਈ ਉਹ ਦੇਖ ਲੈ ਉਹ ਰਹਿੰਦੇ ਉਹਦੇ ਘਰ ਨੇ ਹਨਾ, ਹੋਰ ਉਹੀ ਹੈ ਪੱਤੇ ਹੀ ਪੱਤੇ ਕਿੰਨੇ, ਚਲੋ ਰਹਿੰਦੇ ਵੀ ਬਾਕੀ ਕਣਕ ਵੀ ਨਾ ਦੇਖਾ ਦੇ ਇਹਦੇ ਹਰੀ ਪਈ ਹੈ ਉੱਧਰ ਪੀਲੀ ਹੋ ਗਈ ਦੇਖੀ ਵਾੜ ਤਾਂ ਕਰੀ ਹੋਈ ਹੈ, ਹੁਣ ਦੋ ਅੰਬ ਤੇ ਇੱਕ ਅੰਬ ਪੱਟਤਾ ਕਹਿੰਦੇ ਉਹ ਤਾਂ ਵੱਡੇ ਆ ਕਹਿੰਦੇ ਵੀ ਇੱਕ ਆਹ ਨਹੀਂ ਹੈਗੀ ਜਿਹੜੀ ਆਪਣਾ ਕੰਧ ਵੀ ਉਹਦੇ ਕੰਧ 'ਚ ਜੜ ਕਰ ਜਾਂਦਾ ਜ਼ਿਆਦਾ ਫੈਲ ਗਿਆ
ਚਾਬੀ ਲੈ ਕੇ ਆ ਚਾਬੀ ਫੜਾ ਲਾਂਗੇ ਹੁਣ ਅੱਗੇ ਤਾਂ ਜਾਇਆ ਨਹੀਂ ਜਾਣਾ ਹਾਂ ਹਾਂ ਜਾਇਆ ਨਹੀਂ ਜਾਣਾ ਕਿਉਂ ਦੂਰ ਆ ਗਿਆ ਹਨਾ ਦੂਰ ਆ ਗਿਆ ਇੱਧਰ ਨਹੀਂ ਹੈਗਾ ਦੇਖ ਬੂਰ ਨਾ ਇੱਕ ਸਾਈਡ ਹੈ ਨਾਲੇ ਦੇਖ ਇੱਧਰ ਹਰਾ ਅੰਬ ਹੈ ਭਰਿਆ ਹੋਇਆ ਇੱਧਰੋਂ ਦੇਖ ਬੂਰ ਨਾਲ ਹਾਂ ਵੀ ਛੋਟੀ ਛੋਟੀ ਉੱਪਰ ਅੰਬੀ ਆ ਗਈ ਛੋਟੀ ਛੋਟੀ ਕੰਧ ਤੋਂ ਹੀ ਡਲੇ ਮਾਰ ਮਾਰ ਕੱਚੀ ਤੋੜਦੀ ਹੈ ਨਾ ਕਹਿੰਦੇ ਪੱਕੀਆਂ ਖਾਇਆ ਕਰ ਹਾਂ ਬੱਚੇ ਕੱਚੇ ਬਸ ਬੱਚਿਆਂ ਦੇ ਆਪਣੀ ਆਦਤ ਹੁੰਦੀ ਹੈ ਕੱਚੀ ਹੀ ਛੱਕ ਜਾਂਦੇ ਅਰੇ ਸਾਰੇ ਆਪਣੇ ਵਿੱਚ ਆ ਗਿਆ ਜੀ ਫਾਰਮ ਹਾਊਸ ਨਾਲ ਦੇਖਾ ਸੜਕ ਤੇ ਰੋਡ ਚੱਲਦਾ ਅਰੇ ਇਲਾਚੀ ਦਾ ਦਿਖਾਉਨੇ ਆ ਜੋ ਇਹ ਭਲੇ ਗਏ ਸੀ ਲੈਸੀ ਦੇ ਬਾਅਦ ਉਹਨਾਂ ਦਾ ਆਉਂਦੀ ਹੈ ਨਾ ਹਾਂ ਤਾਂ ਵੈਸੇ ਹੀ ਲੱਗਦੇ ਆ ਬਸ ਪੱਤੇ ਜਿਹੇ ਹੁੰਦੇ ਆ ਨਾਨੀ ਜੀ ਨੇ ਇੱਕ ਕਹਾਣੀ ਚ ਹੋਣ ਦਿੰਦੇ ਚਾਰ ਚਪੇਰੇ ਆਪਣੇ ਪਿੰਡਾਂ ਦੇ ਬਜ਼ੁਰਗ ਗੁੜੀਆਂ ਗੁਆਂਢੀ ਨੀ ਮੂੰਹ ਦੇ ਨਹੀਂ ਕੁੜੀ ਕਿੱਡੀ ਉਹ ਅੰਦਰ ਅੰਦਰ ਨਾ ਬਾਹਰ ਫਿਰ ਇੱਥੇ ਲਾ ਦੇ ਪਾਖੀ ਇੱਥੇ ਆਹ ਉਹ ਸਾਰੇ ਜਿਹਨੂੰ ਬਖਾਰਾ ਹੀ ਆਉਂਦੇ ਹਾਂ ਪੂਰੇ ਤਾਂ ਦਿਨ ਇੱਥੇ ਮੱਝਾਂ ਨਾਲ ਰੱਖਿਆ ਹੋਇਆ ਹੈ ਹਾਂ ਤੇਰੇ ਜੋ ਵੀ ਮੋਰੀ ਆ ਜਾਂਦੀ ਹੈ ਹਾਂ ਇਹ ਵੀ ਮੋਰੀ ਮੋਰੀ ਦਾ ਇਹ ਜਾਲੀਆਂ ਹੋ ਗਈਆਂ ਕਿੰਨੀਆਂ ਵਾਂ ਲੱਗ ਰਹੀਆਂ ਨਾ ਇਹ ਜਾਲੀ ਦੋ ਤੇ ਉਹਨੇ ਜਿਹਨੂੰ ਉੱਥੇ ਤੱਕ ਤੂੜੀ ਵਾਲਾ ਘਰ ਆ ਗਿਆ ਇਧਰ ਆ ਹਾਂ ਆ ਤੂੜੀ ਵਾਲਾ ਆ ਗਿਆ ਅੱਛਾ ਇਧਰ ਹਾਂ ਇਹਦੇ ਵਿੱਚ ਜਿਵੇਂ ਵਾਧੂ ਦੇ ਕੂਲਰ ਵਗੈਰਾ ਪੰਜੇ ਉਹ ਕੁਛ ਰੱਖਿਆ ਹੋਇਆ ਨਾ ਸਮਾਨ ਹੁੰਦਾ ਹੈ ਨਾ ਹਾਂ ਇਹ ਪੱਤੇ ਇਹਦੇ ਹੀ ਹੈ ਨਾ ਉਹ ਉੱਡ ਕੇ ਆਈ ਜਾਂਦੇ ਜਾਂਦੇ ਨੇ